ਮਨ ਤੀਰੈ ਸੁਣ ਸ਼ਬਦ ਵਿਚਾਰਾ ਮਨ ਤੀਰੈ ਸੁਣ ਸ਼ਬਦ ਵਿਚਾਰਾ ਜਿਵੇਂ ਹਮ ਵਰਸੈ অমৃত ਧਾਰਾ ਮਨ ਤੀਰੈ ਸੁਣ ਸ਼ਬਦ ਵਿਚਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰ ਵਾਹਿਗੁਰੂ ਜੀ ਦਾ ਗੁਰੂ ਕੀ ਵਿਚਾਰ ਲੈ ਕੇ ਤੁਹਾਡੇ ਘਰ ਤੁਹਾਡੇ ਸਨਮੁਖ ਗੁਰੂ ਸਾਹਿਬ ਦੀ ਚੱਕਰੀ ਤੇ ਤੁਹਾਡੀ ਚੱਕਰੀ ਕਰਨ ਵਾਸਤੇ ਨੇਤਾ ਪ੍ਰਤੀ ਪਹੁੰਚਦਾ ਹਾਂ ਫਿਰ ਹਾਜ਼ਰ ਹੋਇਆ ਹਾਂ ਅੱਜ ਆਪਾਂ ਦੀਦਾਰ ਕਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 292 ਦੇ ਉੱਪਰ ਅੰਕਿਤ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ 21ਵੇਂ ਅਸਤਪਦੀ ਦੇ ਸੱਤ ਪਦਿਆਂ ਦੀ ਵਿਚਾਰ ਆਪਾਂ ਪਿੱਛੇ ਕੀਤੀ ਸੀ ਕੱਲਾ ਆਪਾਂ ਵਿਚਾਰ ਰਹੇ ਸੀ ਕਿ ਪਹਿਲਾਂ ਵਾਹਿਗੁਰੂ ਜੀ ਦੀ ਜੋਤ ਇਦਸ ਜੋਤ ਵਿੱਚ ਸੰਸਾਰ ਦੀ ਕਿਸੇ ਨਾ ਕਿਸੇ ਚੀਜ਼ ਦੀ ਰਚਨਾ ਹੁੰਦੀ ਹੈ ਕਦੀ ਇਹ ਪ੍ਰਕਿਰਿਆ ਇਸ ਤਰ੍ਹਾਂ ਹੋਈ ਕਿ ਪਹਿਲਾ ਰੱਬ ਦੀ ਜੋਤ ਸੀ ਅਰਵ ਦੇ ਨਰਵ ਤੁੰਦੂਕਾਰਾ ਫਿਰ ਗੈਂਸਾਂ ਦੀ ਉਤਪਤੀ ਹੋਈ ਉਸ ਤੋਂ ਬਾਅਦ ਫਿਰ ਪੰਜ ਤੱਤਾਂ ਦੀ ਰਚਨਾ ਹੋ ਗਈ ਯੂਨੀਵਰਸ ਪੈਦਾ ਹੋ ਗਿਆ ਇਹ ਰਚਨਾ ਦਾ ਪ੍ਰਕਿਰਿਆ ਇਹ ਇਸ ਤਰ੍ਹਾਂ ਦੀ ਪ੍ਰਕਿਰਿਆ ਕੰਟੀਨਿਊ ਚੱਲਦੀ ਹੈ ਬੀਜ ਦੇ ਵਿੱਚ ਜੋਤ ਦੇਖੋ ਪਹਿਲਾਂ ਫੁੱਲ ਬਣਦਾ ਹੈ ਬ੍ਰਿਕਸ਼ ਨੂੰ ਜਾਂ ਬੂਟੇ ਨੂੰ ਉਸ ਫੁੱਲ ਦੇ ਵਿੱਚ ਬੀਜ ਬਣਨਾ ਹੁੰਦਾ ਹੈ ਕਿ ਜੋਤ ਆਉਂਦੀ ਹੈ ਫਿਰ ਬੀਜ ਦਾ ਆਕਾਰ ਬਣ ਜਾਂਦਾ ਬੀਜ ਬੀਜਿਆ ਜਾਂਦਾ ਹੈ ਉਹਦੇ ਚ ਬ੍ਰਿਕਸ਼ ਦਾ ਆਕਾਰ ਬਣ ਜਾਂਦਾ ਇਸੇ ਤਰ੍ਹਾਂ ਅੰਡੇਆਂ ਵਿੱਚੋਂ ਪੈਦਾ ਹੋਣ ਵਾਲੇ ਜਿਹੜੇ ਜੀਵ ਨੇ ਪਹਿਲਾਂ ਅੰਡਾ ਪੈਦਾ ਹੁੰਦਾ ਹੈ ਫਿਰ ਅੰਡੇ ਦੇ ਉੱਪਰ ਨਿੱਗ ਦਿੰਦਾ ਹੈ ਉਹ ਮਾਂ ਉਹਦੇ ਚ ਫਿਰ ਆਕਾਰ ਪੈਦਾ ਹੁੰਦਾ ਪਹਿਲਾਂ ਜੋਤ ਫਿਰ ਆਕਾਰ ਇਸੇ ਤਰ੍ਹਾਂ ਮਨੁੱਖ ਦੇ ਮਾਤਾ ਦੇ ਗਰਭ ਵਿੱਚ ਪਹਿਲਾਂ ਜੋਤ ਫਿਰ ਸਰੀਰ ਦਾ ਆਕਾਰ ਜਿੰਨਾ ਚਿਰ ਉਹ ਜੋਤ ਹੈ ਉਹਨਾਂ ਚ ਸੰਸਾਰਿਕ ਕੁਝ ਵੀ ਨਹੀਂ ਫਿਰ ਜਿਉਂ-ਜਿਉਂ ਉਹ ਜੋਤ ਵਿੱਚੋਂ ਆਕਾਰ ਪੈਦਾ ਹੁੰਦਾ ਹੈ ਫਿਰ ਸੰਸਾਰ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਵਿਚਾਰ ਉੱਠਦੇ ਨੇ ਸੋਚਾਂ ਉੱਠਦੀਆਂ ਨੇ ਉਹਨਾਂ ਵਿਚਾਰਾਂ ਸੋਚਾਂ ਦੇ ਵਿੱਚ ਹੰਕਾਰ, ਗਰੋਧ, ਲੋਭ, ਲਾਲਚ ਪੈਦਾ ਹੁੰਦੇ ਨੇ। ਖਿਲਾਰਾ ਖੇਲੜਾ ਮਨ ਨੂੰ ਕੋਲ ਜਿਦਾ ਆਲ ਜੰਜਾਲ ਬਣ ਜਾਂਦਾ ਹੈ। ਹੁਣ ਇਕਿਲੀ ਅਸਤਪਦੀ ਵਿੱਚ ਹੈ ਉਹ ਆਲ ਜੰਜਾਲ ਸਿਮਟਦਾ ਕਿਵੇਂ ਹੈ? ਉਹ ਤੇ ਬਚਿਆ ਕਿਵੇਂ ਜਾਂਦਾ ਹੈ? ਜਾਂ ਅਭਗਤ ਭਗਤ ਤਾਂ ਆਪ ਜਿੱਥੇ ਵੀ ਵਾਹਿਗੁਰੂ ਜੀ ਦੀ ਜੋਤ ਜਿਹੜੀ ਅਦ੍ਰਿਸ਼ਟ ਹੈ ਅਭੇਗਾਤ ਉਹ ਪ੍ਰਭੂ ਜੀ ਦੀ ਜਿੱਥੇ ਵੀ ਜੋਤ ਹੈ ਉਸ ਜੋਤ ਦੇ ਨਾਲ ਪਿਆਰ ਉਸ ਜੋਤ ਦੇ ਵੱਲ ਧਿਆਨ ਉਸ ਜੋਤ ਦੀ ਮਿੱਠੀ-ਮਿੱਠੀ ਯਾਦ ਉਸ ਜੋਤ ਨੂੰ ਸਮਰਪਿਤ ਜੀਵਨ ਭਗਤ ਬਣਦਾ ਹੈ ਇਹ ਉਹਦਾ ਖੇਲ ਹੈ ਜਹਾਂ ਪਸਰ ਹੈ ਪਾਸਾਰ ਸੰਤ ਪਰਤਾਪ ਕਿੱਥੇ ਬਣਦਾ ਹੈ ਇਹ ਪ੍ਰਕਿਰਿਆ ਜੋਤ ਤਾਂ ਹਰ ਇੱਕ ਦੇ ਅੰਦਰ ਹੈ ਤਸ ਜੋਤ ਵੱਲ ਧਿਆਨ ਵਿਰਲਿਆਂ ਦਾ। ਉਹਦੀ ਜੋਤ ਤਾਂ ਹਰ ਇੱਕ ਦੇ ਅੰਦਰ ਹੈ। ਉਸ ਪਿਆਰੇ ਦੇ ਪ੍ਰੇਮ ਰਸ ਵਿੱਚ ਤੇ ਵਿਰਲੇ ਆਨੰਦ ਮਾਣਦੇ ਨੇ। ਪਿਆਰੇ ਦੀ ਜੋਤ ਤਾਂ ਹਰ ਇੱਕ ਦੇ ਅੰਦਰ ਹੈ। ਉਸ ਪਿਆਰੇ ਦੀ ਗਿਲ ਬਕੜੀ ਨੂੰ ਵਿਰਲੇ ਮਹਿਸੂਸ ਕਰਦੇ ਨੇ। ਕਣ ਜਹ ਪਸਰਸ ਆਸਾਰ ਸੰਤ ਪ੍ਰਤਾਪ ਜਿੰਨਾ ਤੇ ਗੁਰੂ ਦੇ ਪ੍ਰਤਾਪ ਦਾ ਪਸਾਰਾ ਪਸਰਦਾ ਹੈ ਸੰਤ ਦੇ ਅਰਥ ਇਥੇ ਗੁਰੂ ਹੈ ਗੁਰੂ ਸਾਹਿਬ ਦੇ ਉਪਦੇਸ਼ ਮਨ ਨੂੰ ਚੰਗੇ ਲੱਗਦੇ ਨੇ ਆਹ ਪਸਾਰਾ ਪਸਰ ਗਿਆ ਮਿੱਠਾ ਕਰਕੇ ਮੰਨਣ ਦੀ ਜੁਆਇਫੁਲੀ ਐਕਸੈਪਟ ਕਰਨਾ ਗੁਰੂ ਦੇ ਉਪਦੇਸ਼ਾਂ ਨੂੰ ਗੁਰੂ ਪਿਤਾ ਜੀ ਦੇ ਉਪਦੇਸ਼ਾਂ ਨੂੰ ਖਿੜੇ ਮੱਥੇ ਮੰਨਣ ਦਾ ਜਦੋਂ ਭਾਵਨਾ ਜਜ਼ਬਾ ਜਾਗਦੀ ਪਸਾਰਾ ਪਸਰ ਗਿਆ ਗੁਣਾਬਲਾ ਜੀਵਨ ਜਿਉਣਾ ਗੁਨਾਨਾ ਪਰਪਕਾਰ ਕਰਨਾ ਆਪਾ ਬਾਰ ਦੇਣਾ ਕੰਮ ਦੇ ਲਈ ਕੁਛ ਕਰਨਾ ਜਿਉਂ-ਜਿਉਂ ਜਜਵੇ ਜਾਗਦੇ ਨੇ ਤੇ ਉਤੇ ਗੁਰੂ ਪਾਤਸ਼ਾਹ ਦਾ ਪ੍ਰਤਾਪ ਅੰਦਰ ਪੈਦਾ ਹੁੰਦਾ ਹੈ ਜੀਵਨ ਭਗਤ ਬਣਦਾ ਹੈ ਦੋਹੋਂ ਪੱਖ ਕਾ ਆਪ ਪਹਿਤ ਨਹੀਂ ਇੱਕ ਉਹ ਨੇ ਜਿਹੜੇ ਸਹਜ ਵਿੱਚ ਜਿਉਂਦੇ ਨੇ ਇੱਕ ਉਹ ਨੇ ਜਿਹੜੇ ਚਿੰਤਾਵਾਂ ਵਿੱਚ ਜਿਉਂਦੇ ਨੇ ਇੱਕ ਉਹ ਨੇ ਜਿਹੜੇ ਆਨੰਦਮਈ ਮਾਹੌਲ ਦੇ ਸਵਰਗ ਵਰਗਾ ਨਜ਼ਾਰੇ ਚ ਜਿਉਂਦੇ ਨੇ ਆਪਣੇ ਅੰਦਰ ਸਵਰਗ ਬਾਹਰ ਨਹੀਂ ਅੰਦਰ ਹੈ ਨਰਕ ਬਾਹਰ ਨਹੀਂ ਅੰਦਰ ਹੈ ਇੱਕ ਉਹ ਨੇ ਜਿਹੜੇ ਅੰਦਰ ਨਰਕ ਵਰਗਾ ਜੀਵਨ ਜਿਉਂਦੇ ਨੇ ਦੋਨਾਂ ਪੱਖਾਂ ਦਾ مالک ਧਨੀ ਵਾਇਗ੍ਰੀ ਜੀ ਆਪ ਹੈ ਇੱਕ ਬਖਸ਼ਿਸ਼ ਦੇ ਮਾਰਗ ਤੇ ਤੁਰਦੇ ਨੇ ਇੱਕ ਪਟਕਣਾ ਦੇ ਮਾਰਗ ਤੇ ਤੁਰਦੇ ਨੇ ਇੱਕ ਦੁੱਖਾਂ ਦੇ ਬੀਜ ਬੀਜਦੇ ਨੇ ਇੱਕ ਸੁਖ ਆਨੰਦ ਦੇ ਬੀਜ ਬੀਜਦੇ ਨੇ ਜਦੋਂ ਅਸੀਂ ਚੰਗੇ ਪਰਸ਼ਾ ਨਾਲ ਸੰਗ ਕਰਦੇ ਹਾਂ ਸਾਦੇ ਅੰਦਰ ਚੰਗੇ ਵਿਚਾਰ ਉਤਪਨ ਹੁੰਦੇ ਨੇ ਗੁਰੂ ਦਾ ਜਜ਼ਬਾ ਗੁਰੂ ਪਿਤਾ ਦਾ ਪਿਆਰ ਵੱਧਦਾ ਹੈ ਪ੍ਰੀਤ ਖਿੱਚ ਬੰਦੀ ਹੈ ਇੱਕੇ ਪੱਖ ਹੈ ਦੂਸਰਾ ਪੱਖ ਹੈ ਜਦੋਂ ਇਸ ਆਨੰਦ ਰਸ ਤੋਂ ਇਸ ਪ੍ਰੇਮ ਰਸ ਤੋਂ ਟੁੱਟੇ ਹੋਿਆਂ ਵਿੱਚ ਉਲਝਦੇ ਹਾਂ ਆਪ ਵੀ ਟੁੱਟ ਜਾਂਦੇ ਹਾਂ ਦੋਨਾਂ ਪੱਖਾਂ ਤੇ ਤੋਂ ਮਾਲਕ ਸੁਆਮੀ ਦਾ ਨਿਜ਼ਮ ਚੱਲਦਾ ਹੈ ਉਦੀ ਮੁਠੀ ਵਿੱਚ ਐ ਸਭ ਕੁਝ ਰਿਜ਼ਲਟ ਉਹਦੇ ਹੱਥ ਵਿੱਚ ਐ ਹੁਣ ਕੀ ਸ਼ੋਭਾ ਉਹ ਹੁਮ ਬਣੀ ਵਾਗਰੇ ਜੀ ਦੀ ਵਡਿਆਈ ਅਸੀਂ ਨਹੀਂ ਸਮਝ ਸਕਦੇ ਜਿਤੇ ਆਪ ਹੀ ਜਾਣਦੇ ਨੇ ਆਪ ਐ ਕੌਤਕ ਕਰਾ ਆਨੰਦ ਚੋਜ ਉਹ ਕੌਤਕ ਵਰਤੌਂਦੇ ਨੇ ਐਸੇ ਚੋਜ ਵਰਤੌਂਦੇ ਨੇ ਜਿਹਦੇ ਵਿੱਚੋਂ ਆਨੰਦ ਹੀ ਆਨੰਦ ਪੈਦਾ ਹੁੰਦਾ ਹੈ ਉਹ ਕਰਾਮਾਤ ਹੁੰਦੀ ਹੈ ਨਾਨਕ ਸਾ ਕਰਾਮਾਤ ਸਹਬ ਤੁਠਾ ਹੈ ਜੋ ਮਿਲ ਆਇਆ ਬੜੀਆਂ ਪਿਆਰੀਆਂ ਪੰਕਤੀਆਂ ਨੇ ਆਸਾ ਰਾਗ ਦੀ ਬਾਹਰ ਦੇ ਕੀਰਤਨ ਵਿੱਚ ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ ਇਹ ਪਿਆਰਿਆ ਜਿਹੜਾ ਤੂੰ ਆਪਣੇ ਯਤਨਾਂ ਨਾਲ ਪ੍ਰਾਪਤ ਕਰਦਾ ਨਾ ਕਹਿੰਦਾ ਮੈਂ ਆਹ ਯਤਨ ਕੀਤੇ ਤਾਂ ਪ੍ਰਾਪਤ ਹੋਇਆ ਯਤਨ ਕੀਤੇ ਤਾਂ ਪ੍ਰਾਪਤ ਹੋਇਆ ਉਹ ਕੋਈ ਰੱਬ ਦੀ ਦਾਤ ਥੋੜੀ ਆ ਰੱਬ ਦੀ ਦਾਤ ਉਹ ਹੁੰਦੀ ਹੈ ਜੋ ਖੁਸ਼ ਹੋ ਕੇ ਦਿੰਦਾ ਉਹ ਕਰਾਮਤ ਹੁੰਦੀ ਹੈ ਜਿਹਦੇ ਲਈ ਤੂੰ ਯਤਨ ਹੀ ਕੁਝ ਨਹੀਂ ਕੀਤਾ ਸਤ ਤੱਕ ਕੁਝ ਨਹੀਂ ਕੀਤਾ ਉਹ ਪਿਆਰਾ ਤੇਰੇ ਲਈ ਬੜਿਆ ਉਹਨੇ ਤੇਰੇ ਵੱਲ ਬਾਹਾਂ ਉਲਾਰੀਆਂ ਤੂੰ ਦੀ ਗਲ ਬਕੜੀ ਵਿੱਚ ਗਿਆ ਸ੍ਰੀ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਵਿੱਚ ਭਗਤ ਜੀ ਦਾ ਸ਼ਬਦ ਹੈ ਮਾਹੜੀ ਬੁਲਾਏ ਤੋ ਤਾਂ ਆਪਣੀਆਂ ਬਾਹਾਂ ਵਿੱਚ ਲੈ ਲੈਂਦਾ ਏ ਗੱਲ ਬਕੜੀ ਵਿੱਚ ਲੈ ਲੈਂਦਾ ਏ ਉਹ ਜਿਹੜਾ ਪ੍ਰੇਮ ਰਸ ਹੈ ਨਾ ਉਹ ਤੇਰੇ ਅੰਦਰ ਗੁਰਬਾਣੀ ਦੀ ਪ੍ਰੀਤ ਵਧਾ ਦਿੰਦਾ ਏ ਤੇਰੇ ਅੰਦਰ ਜਜ਼ਬਾ ਵਧਾ ਦਿੰਦਾ ਏ ਕੰਮੀ ਸੇਵਾ માં ਕਰਨ ਦੀ ਚੇਤਨਾ ਜਗਾ ਦਿੰਦਾ ਏ ਉਹ ਆਪ ਹੀ ਕੋਤਕ ਕਰਦਾ ਹੈ ਉਹਦੇ ਚੋਜ ਜਿਹੜੇ ਨੇ ਆਨੰਦ ਰਸ ਵੰਡਣ ਵਾਲੇ ਨੇ ਸਮਝ ਬਿਰਲਿਆ ਨੂੰ ਆਉਂਦੀ ਆਪਹਿ ਰਸ ਭੋਗਨ ਨਿਰਜੋਗ ਉਹ ਆਪ ਹੀ ਜਿਹੜੇ ਰਸਾਂ ਕਸਾਂ ਵਿੱਚ ਉਲਝੇ ਹੋਏ ਨੇ ਸਵਾਦਾਂ ਵਿੱਚ ਉਲਝੇ ਹੋਏ ਨੇ ਉਹਨਾਂ ਵਿੱਚ ਵੀ ਉਹ ਜੋਤ ਹੈ ਜਿਹੜੇ ਇਸ ਤੋਂ ਬਚ ਗਏ ਨੇ ਨਿਰਜੋਗ ਉਹਨਾਂ ਵਿੱਚ ਵੀ ਉਹਦੀ ਜੋਤ ਹੈ ਜਿਸ ਸੁਭਾਵ ਹੈ ਤਿਸ ਆਪਨ ਨਾਂ ਇਲਾਵਾ ਹੈ ਜਿਨ੍ਹਾਂ ਦਾ ਸੁਭਾਅ ਜਿਨ੍ਹਾਂ ਦੀ ਸੋਚ ਜਿਨ੍ਹਾਂ ਦੇ ਵਿਚਾਰ ਜਜ਼ਬੇ ਭਾਵਨਾ ਪਿਆਰੇ ਨੂੰ ਚੰਗੀਆਂ ਲੱਗਦੀਆਂ ਨੇ ਉਹਨਾਂ ਨੂੰ ਆਪਣੇ ਨਾਮ ਨਾਲ ਜੋੜ ਲੈਂਦੇ ਨੇ ਧਨ ਰੂਪ ਨੇ ਨਾਮ ਦੇ ਉਹਦਾ ਚੱਲ ਰਿਆ ਨਿਜ਼ਮ ਵੀ ਨਾਮ ਹੈ ਉਹ ਨਿਜ਼ਮ ਨੂੰ ਫੋਲੋ ਕਰਨ ਲੱਗ ਜਾਂਦੇ ਨੇ ਜਿਨ੍ਹਾਂ ਤੇ ਉਹਦੀ ਕਿਰਪਾ ਹੁੰਦੀ ਹੈ ਗਿਆਨ ਰੂਪੀ ਨਾਮ ਹੈ ਰਬ ਦੇ ਉਪਦੇਸ਼ ਫਿਰ ਉਪਦੇਸ਼ ਉਹਨਾਂ ਨੂੰ ਚੰਗੇ ਲੱਗਦੇ ਨੇ ਧਿਆਨ ਰੂਪੀ ਨਾਮ ਹੈ ਰੱਬ ਦੀ ਮਿੱਠੀ ਮਿੱਠੀ ਯਾਦ ਉਹਦੀ ਪੈ ਪਾਪਨੀ ਦੇ ਰਸ ਵਿੱਚ ਉਹ ਜੀਵਨ ਬਤੀਤ ਕਰਦੇ ਨੇ ਜਿਸ ਭਾਵ ਹੈ ਤਿਸ ਖੇਲ ਖਿਲਾਵ ਹੈ ਰਿਜ਼ਲਟ ਸਾਡੇ ਹੱਥ ਵਸ ਵਿੱਚ ਨਹੀਂ ਹੈ ਇਹ ਵਾਇਗ੍ਰੀ ਜੀ ਦੇ ਹੱਥ ਵਿੱਚ ਹੈ ਉਨੂੰ ਜਦੋਂ ਪਹੁੰਚਦਾ ਹੈ ਉਹ ਆਨੰਦ ਦੀ ਖੇਲ ਖੇਲਣੀ ਸਿਖਾ ਦਿੰਦਾ ਹੈ ਉਹ ਪ੍ਰੇਮ ਦੇ ਰਸ ਦੀ ਖੇਲ ਖੇਲਣੀ ਸਿਖਾ ਦਿੰਦਾ ਹੈ ਉਹ ਚਿੰਤਾਵਾਂ ਵਿੱਚ ਤੁਖ ਦੇਨ ਤਖਣ ਤੋਂ ਬਚਣ ਦੇ ਲਈ ਆਨੰਦ ਰਸ ਦੇ ਵਿੱਚ ਜਿਉਣਾ ਸਿਖਾ ਦਿੰਦਾ ਹੈ ਬੇਸ਼ੁਮਾਰ ਅਥਾ ਅਗਨਤ ਅਤੁੱਲਾ ਉਹ ਬੇਸ਼ੁਮਾਰ ਹੈ ਬਿਆੰਤ ਹੈ তথা ਉਦੱਥਾ ਭੇਦ ਨਹੀਂ ਪਾਇਆ ਜਾ ਸਕਦਾ ਅਗਾਨਤ ਉਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਅਤੋਲਾ ਉਹਨੂੰ ਕਿਸੇ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ ਨਹੀਂ ਕਹਿ ਸਕਦੇ ਇਹਦੇ ਵਰਗਾ ਹੈ ਅਤੋਲਾ ਉਹਦੇ ਬਾਰੇ ਜਿੰਨੀਆਂ ਕਿ ਵਿਚਾਰਾ ਕੋਈ ਵੀ ਕਰਦਾ ਹੈ ਜਿਉਂ ਬਲਾਵ ਕਿਉਂ ਨਾਨਕ ਦਾਸ ਬੋਲੈ ਇਹ ਨਾਨਕ ਜੀ ਗੁਰਜਨ ਦੇ ਪਾਤਸ਼ਾਹ ਕਹਿੰਦੇ ਜਿਹੜੇ ਉਹਦੇ ਚਾਕਰ ਬਣ ਜਾਂਦੇ ਨੇ ਫਿਰ ਉਹਨਾਂ ਨੂੰ ਜਿਵੇਂ ਉਹ ਬੁਲਾਉਂਦੇ ਨੇ ਉਹ ਬੋਲਦੇ ਨੇ ਉਹਨਾਂ ਦੇ ਬੋਲਾਂ ਵਿੱਚ ਆਨੰਦ ਹੁੰਦਾ ਹੈ ਕਿਉਂਕਿ ਉਹ ਬੋਲ ਆਨੰਦ ਦੇ ਸਾਗਰ ਵਿੱਚੋਂ ਨਿਕਲੇ ਹੁੰਦੇ ਨੇ ਉਹ ਬੋਲ ਜਿਸ ਦੇ ਘਰ ਵਿੱਚ ਪਹੁੰਚਦੇ ਨੇ ਉਹਦੇ ਘਰ ਵਿੱਚ ਆਨੰਦ ਦੀਆਂ ਲਹਿਰਾਂ ਫੈਲ ਜਾਂਦੀਆਂ ਨੇ ਉਹ ਬੋਲ ਜਿਹਦੇ ਹਿਰਦੇ 'ਚ ਪਹੁੰਚਦੇ ਨੇ ਜਿਹਦੇ ਮਨ ਨੂੰ ਚੰਗੇ ਲੱਗਦੇ ਨੇ ਜਿਹੜੇ ਸਤਿਵਚਨ ਦੇ ਅਧਿਕਾਰੀ ਹੁੰਦੇ ਨੇ ਉਹਨਾਂ ਦੇ ਹਿਰਦੇ ਵਿੱਚ ਆਨੰਦ ਰਸ ਪਰ ਜਾਂਦਾ ਹੈ ਕਿਉਂਕਿ ਉਹ ਆਪਣੇ ਪਿਆਰੇ ਨੂੰ ਸਮਰਪਿਤ ਹੁੰਦੇ ਨੇ ਉਦੇ ਚਾਕਰ ਬਣ ਕੇ ਫੁਲੀ ਡੈਡੀਕੇਟਡ ਹੁੰਦੇ ਨੇ ਜਿਵੇਂ ਉਹ ਬੁਲਾਉਂਦਾ ਉਹ ਬੋਲ ਦਿੰਦੇ ਨੇ ਆਖੋ ਵਾਹਿਗੁਰੂ ਸਲੋਕ ਬਾਈ ਮੀ ਅਸ਼ਟਪਦੀ ਸ਼ੁਰੂ ਹੋ ਰਹੀ ਹੈ ਉਹਦੇ ਨਾਲੇ ਸ਼ਲੋਕ ਹੈ ਜੀ ਜੰਤ ਕੇ ਠਾਕਰਾ ਆਪੇ ਵਰਤਨਹਾਰ ਜਿੰਨੇ ਵੀ ਜੀਵ ਜੰਤ ਨੇ ਸਾਰਿਆਂ ਦੇ ਮਾਲਕ ਪ੍ਰਭੂ ਜੀ ਆਪ ਨੇ ਆਪੇ ਵਰਤਨਹਾਰ ਨੇ ਤੋਂ ਪਿਆਰੇ ਦੇ ਵਰਤਾਰੇ ਵਰਤ ਰਹੇ ਨੇ ਪਿਆਰੇ ਦੇ ਚੋਜ ਨੇ ਨਾਨਕ ਇੱਕੋ ਪਸਰਿਆ ਦੂਜਾ ਕਹ ਦ੍ਰਿਸ਼ਟਾਰ ਉਹ ਇੱਕੋ ਇੱਕ ਹੈ ਉਸੇ ਦਾ ਪਸਾਰਾ ਪਸਰਿਆ ਹੋਇਆ ਹੈ ਨਾਨਕ ਜੀ ਦੂਜਾ ਕੋਈ ਦਿਖਾਈ ਨਹੀਂ ਦਿੰਦਾ ਦੂਜਾ ਦਿਖਾਈ ਦੇਵੇਗਾ ਵੀ ਕਿੱਥੇ ਦੂਜਾ ਕਹ ਦ੍ਰਿਸ਼ਟਾਰ ਕਿੱਥੇ ਦੇਖਾਂਗੇ ਹੈ ਹੀ ਨਹੀਂ ਕੋਈ ਸਭ ਪਿਆਰੇ ਦੇ ਚੋਜ ਨੇ ਜਿਉਂ ਹੀ ਦੂਜੇ ਨੂੰ ਦੇਖਦੇ ਆ ਦੂਜਾ ਉਸ ਨੂੰ ਫੋਕਸ ਕਰਦੇ ਹਾਂ ਉਲਝਦੇ ਹਾਂ बस ਦੂਜੇ ਪਾਸੇ ਦਿਸ਼ਾ ਗਈ ਨਹੀਂ ਤੇ ਮਨ ਖਿਜਿਆ ਨਹੀਂ ਮਨ ਚਿੰਤਾ ਵਿੱਚ ਆ ਗਿਆ ਸਾਰੇ ਦੇ ਪ੍ਰੇਮ ਰਸ ਵਿੱਚ ਜਿਉਣਾ ਸਿੱਖੀਏ ਉਹਦੀਆਂ ਯਾਦਾਂ ਦੇ ਰਸ ਵਿੱਚ ਜਿਉਣਾ ਸਿੱਖੀਏ ਉਹਨੂੰ ਸਮਰਪਿਤ ਹੋ ਕੇ ਸਬਰ ਸੰਤੋਖ ਦੇ ਵਿੱਚ ਪਰਪਕਾਰ ਦੇ ਮਿਸ਼ਨ ਤੇ ਤੁਰ ਕੇ ਕੰਮ ਦੇ ਲਈ ਆਪਾ ਵਾਰਨਾ ਸਿੱਖੀਏ ਉਹਦੇ ਵਿੱਚ ਆਨੰਦੀ ਆਨੰਦ ਹੈ ਐਸਾ ਨਹੀਂ ਹੈ ਜ਼ਿੰਮੇਵਾਰੀਆਂ ਨਹੀਂ ਨਿਭਣ ਗਈਆਂ ਜ਼ਿੰਮੇਵਾਰੀਆਂ ਜ਼ਿਆਦਾ ਨਿਭਦੀਆਂ ਨੇ ਕਿ ਕਾਰਨ ਕਾਰਨ ਸਮਰਥ ਵਾਹਿਗੁਰੂ ਜੀ ਆਪ ਨੇ ਸਗੋਂ ਦੁਨੀਆਵੀ ਜ਼ਿੰਮੇਵਾਰੀਆਂ ਸੌਖੀਆਂ ਨਿਭੀ ਜਾਂਦੀਆਂ ਨੇ ਨਾਲ ਗੁਰੂ ਕੀ ਚਾੱਕਰੀ ਵੀ ਨਿਭਦੀ ਹੈ ਕਿਉਂਕਿ ਵਰਤਨ ਹਾਰ ਤਾਂ ਵਾਹਿਗੁਰੂ ਜੀ ਆਪ ਨੇ ਅਸੀਂ ਫਿਕਰਾਂ ਦੀਆਂ ਪੰਡਾਂ ਚੁੱਕੀਆਂ ਨੇ ਅਸ਼ਟਪਦੀ ਉਹਨੇ ਭਾਈ ਮੀਆ ਅਸ਼ਟਪਦੀ ਸ਼ੁਰੂ ਹੋ ਰਹੀ ਹੈ ਆਪ ਕਥ ਹੈ ਆਪ ਸੁਨਣੇ ਹਾਰ ਜਦੋਂ ਕਿਤੇ ਚੰਗੀਆਂ ਵਿਚਾਰਾ ਮਿਲਦੀਆਂ ਨੇ ਨਾ ਜਿਹੜੀਆਂ ਵਿਚਾਰਾਂ ਗੁਰੂ ਦਾ ਪਿਆਰ ਵਧਾਉਂਦੀਆਂ ਨੇ ਗੁਰੂ ਸਾਹਿਬ ਤੇ ਵਿਸ਼ਵਾਸ ਭਰੋਸਾ ਵਧਾਉਂਦੀਆਂ ਨੇ ਜਿਹੜੀਆਂ ਵਿਚਾਰਾਂ ਅੰਦਰ ਸਾਡੇ ਵਿਸ਼ਵਾਸ ਜਜ਼ਬਾ ਚੇਤਨਾ ਪਰਪਕਾਰ ਦੀ ਭਾਵਨਾ ਜਗਾਉਂਦੀਆਂ ਨੇ ਉਹ ਵਿਚਾਰਾਂ ਵੀ ਉਸੇ ਮਾਲਕ ਦੀਆਂ ਨੇ ਤੇ ਜਿਹੜਾ ਇਸ ਨੂੰ ਭਾਵਨਾ ਨਾਲ ਚਾਹੋ ਜਜ਼ਬੇ ਨਾਲ ਸੁਣਦਾ ਇਹ ਉਹਦੇ ਅੰਦਰ ਵਰਤਾਰਾ ਵੀ ਵਾਹਿਗੁਰੂ ਜੀ ਦਾ ਹੈ ਇਦਾਂ ਲੱਗਦਾ ਹੈ ਚੰਗੀਆਂ ਵਿਚਾਰਾਂ ਕਰਨ ਵਾਲੇ ਦੇ ਅੰਦਰ ਬੈਠੇ ਹੋਏ ਵਾਹਿਗੁਰੂ ਜੀ ਚੰਗੀਆਂ ਵਿਚਾਰਾਂ ਕਥਨ ਕਰ ਰਹੇ ਨੇ ਤੇ ਦੂਜੇ ਦੇ ਅੰਦਰ ਬੈਠੇ ਹੋਏ ਸੁਣਦੇ ਨੇ ਸੁਣਨਾ ਕਰਨਾ ਉਸੇ ਦਾ ਹੀ ਸਾਰਾ ਕੋਤਕ ਆਪ ਹੈ ਇੱਕ ਆਪ ਵਿਸਥਾਰ ਉਹ ਇੱਕ ਹੈ ਇਕੋ ਅੰਕਾਰ ਉਹਨੇ ਸਾਰਾ ਵਿਸਥਾਰ ਪਸਾਰਾ ਪਸਾਰਿਆ ਹੋਇਆ ਜਾਂ ਤੇ ਸੁਭਾਵੈ ਤਾਂ ਸ੍ਰਿਸ਼ਟ ਉਪਾਏ ਜਿਵੇਂ ਉਸ ਨੂੰ ਪਾਉਂਦਾ ਓਵੇਂ ਰਿਜ਼ਲਟ ਲੈ ਆਉਂਦੇ ਨੇ ਉਸ ਤਰ੍ਹਾਂ ਦੇ ਕੋਤਕ ਵਾਪਰ ਜਾਂ ਆਪਣਾ ਭਾਣ ਲੈ ਸਮਾਏ ਜਦੋਂ ਉਹ ਨੂੰ ਪਾਉਂਦਾ ਹੈ ਉਹ ਸਾਡੀ ਸੁਰਤ ਨੂੰ ਆਪਣੇ ਵਿੱਚ ਸਮਾ ਲੈਂਦਾ ਹੈ ਆਨੰਦ ਬੰਨ ਦਿੰਦਾ ਹੈ ਆਨੰਦ ਦੇ ਸਾਗਰ ਵੱਲ ਜਾਣ ਦੇ ਬੂਹੇ ਖੋਲ ਦਿੰਦਾ ਹੈ ਉਹਦੀਆਂ ਕਰਮਾਤਾ ਨੇ ਉਹ ਬੋੜਦਾ ਹੈ ਪਤਾ ਹੀ ਨਹੀਂ ਸੀ ਕਿ ਖੁਸ਼ੀ ਇਦਾਂ ਵੀ ਹੁੰਦੀ ਹੈ ਜਦੋਂ ਉਹਦੇ ਪਰਤਾਰੇ ਵਰਤਦੇ ਨੇ ਨਾ ਉਹ ਆਪ ਤ੍ਰੁੱਠਦਾ ਸਾਡੇ ਤੇ ਬਿਨਾਂ ਯਤਨ ਕੀਤਿਆ ਨੀ ਆਪਣੇ ਆਪ ਕੋਈ ਐਸਾ ਕੌਤਕ ਵਾਪਰਦਾ ਉਸ ਕੌਤਕ ਨਾਲ ਸੋਚ ਹੀ ਬਦਲ ਜਾਂਦੀ ਹੈ ਜ਼ਿੰਦਗੀ ਬਦਲ ਜਾਂਦੀ ਹੈ ਇਦਾਂ ਲੱਗਦਾ ਆਨੰਦ ਦੇ ਸਾਗਰ ਬਲਜਾਨ ਦੇ ਉਹਨੇ ਬੂਹੇ ਖੋਲੇ ਮੈਨੂੰ ਆਪਣੀ ਗਿਲ ਪਕੜੀ ਚ ਲੈ ਕੇ ਆਖੋ ਵਾਹਿਰ ਉਹਨੇ ਰਸ ਵਿੱਚ ਜਿਉਣ ਦੀ ਮੰਜ਼ਿਲ ਦਿਖਾ ਦਿੱਤੀ ਆਪਣੇ ਚਰਨ ਕਮਲਾਂ ਦਾ ਰਸ ਵੰਡ ਕੇ ਬਸ ਉਸ ਨੂੰ ਪਾ ਗਿਆ ਪਿਆਰਿਆ ਜਦੋਂ ਤੂੰ ਉਸ ਨੂੰ ਪਾ ਗਿਆ ਉਹਨੇ ਕੌਤਕ ਵਰਤਾਤ ਦਿੱਤਾ ਤੈਨੂੰ ਆਪਣੀ ਗਲ ਬਕੜੀ ਚ ਲੈ ਲਿਆ ਉਹ ਕਿਸ ਤਰ੍ਹਾਂ ਦਾ ਕੌਤਕ ਹੋ ਸਕਦਾ ਹੈ ਉਹਦੀ ਕਦਰ ਸਮਝ ਕੀਮਤ ਸਮਝ ਇਹ ਪੇਤ ਨਹੀਂ ਪਾਇਆ ਜਾ ਸਕਦਾ ਤੁਮ ਤੇ ਪਿੰਨ ਨਹੀਂ ਕਿਚ ਹੋਏ ਫਿਰ ਸਮਝਾਉਂਦੀ ਹੈ ਵਾਹਿਗੁਰੂ ਜੀ ਤੁਹਾਡੇ ਤੋਂ ਪਿੰਨ ਕੁਛ ਵੀ ਨਹੀਂ ਸਾਰੇ ਤੁਹਾਡੇ ਕੌਤਕ ਨੇ ਸਾਡੇ ਕੋਲੇ ਦੇਖਣ ਵਾਲੀਆਂ ਅੱਖਾਂ ਨਹੀਂ ਬੁੱਲੇ ਸ਼ਾ ਕਹਿੰਦੇ ਨੇ ਬੁੱਲਿਆ ਰੱਬ ਤੇਰੇ ਤੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨਾਨਕ ਸੇ ਅੱਖੀਆਂ ਬਿਆਨ ਜਿਨੀ ਦਸੰਦੋ ਮਾਪਿਰੀ ਤੇ ਰੱਬ ਨੂੰ ਦੇਖਣ ਵਾਲੀਆਂ ਅੱਖਾਂ ਸੋਜੀ ਦੀਆਂ ਅੱਖਾਂ ਨੇ ਆਪਨ ਸੂਤ ਸਭ ਜਗਤ ਪਰੋਏ ਅਸਾਰਾ ਜਗਤ ਜੋ ਕੁਝ ਵੀ ਵਰਤਾਰਾ ਵਰਤ ਰਿਹਾ ਉਹਨੇ ਆਪਣੇ ਨਜ਼ਮ ਦੇ ਵਰਤਾਰੇ ਵਿੱਚ ਵਰਤਾਇਆ ਹੋਇਆ ਇਥੇ ਵਰਤਰੇ ਵਰਤਾਰਿਆਂ ਵਿੱਚ ਨਾ ਉਲਝ ਕੁਝ ਵੀ ਐਸਾ ਹੋ ਗਿਆ ਜਿਹੜਾ ਤੈਨੂੰ ਦੁਖੀ ਕਰਦਾ ਨਾ ਦੁਖੀ ਹੋ ਜੋ ਹੋਆ ਹਉਬਤ ਸੋ ਜਾਨਾ ਪ੍ਰਭ ਆਪਣੇ ਕਾ ਹੁਕਮ ਪਛਾਨਣਾ ਪਿਆਰਿਆ ਜੇ ਤੈਨੂੰ ਪਿਆਰੇ ਦੀ ਗੱਲ ਬੱਕੜੀ ਦੀ ਕੀਮਤ ਪਤਾ ਹੈ ਨਾ ਉਲਝ ਛੋਟੇ ਛੋਟੇ ਵਰਤਾਰਿਆਂ ਵਿੱਚ ਜੇ ਤੈਨੂੰ ਪਿਆਰੇ ਦੇ ਕੌਤਕਾਂ ਦੀ ਸਮਝ ਮਾੜੀ ਮੋਟੀ ਵੀ ਆ ਗਈ ਹੈ ਪਿਆਰੇ ਦੇ ਬਰਡਨ ਦਾ ਥੋੜਾ ਬਹੁਤ ਵੀ ਭੇਦ ਲੱਗ ਗਿਆ ਹੈ ਉਦੇ ਚਰਨ ਕਮਲਾਂ ਦਾ ਰਸ ਮਸਤਕ ਨਾਲ ਲਾਉਣ ਵਾਸਤੇ ਥੋੜਾ ਬਹੁਤ ਵੀ ਜਜ਼ਬਾ ਜਾਗ ਪਿਆ ਹੈ ਦੇ ਪਿਆਰੇ ਦੇ ਅੰਦਰ ਪਿਆਰੇ ਦੇ ਅੱਗੇ ਝੁਕਣ ਦੀ ਅੰਦਰ ਭਾਵਨਾ ਬਣ ਗਈ ਹੈ ਨਾ ਛੋਟੇ ਛੋਟੇ ਵਰਤਾਰਿਆਂ ਵਿੱਚ ਉਲਝ ਜੋ ਹੋਇਆ ਹੋਬਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪੇਸ਼ਾਨੈ ਵਿਖਦੇ ਫਿਊਚਰ ਦੇ ਵਰਤਾਰਿਆਂ ਦੀ ਚਿੰਤਾ ਵੀ ਨਾ ਚੱਕ ਕਿਉਂਕਿ ਰਿਜ਼ਲਟ ਉਹਦੇ ਕੋਲ ਹੈ ਇਸ ਸਾਰਾ ਉਹਨੇ ਸਭ ਕੁਝ ਨੂੰ ਆਪਣੇ ਨਜ਼ਮ ਵਿੱਚ ਪਰੋਇਆ ਹੋਇਆ ਪੰਸੂ ਸਬਜੈਕਟ ਪਰੋਇਆ ਜਾਕ ਪ੍ਰਭ ਜੀ ਉਹ ਆਪ ਬੁਝਾਏ ਪਰ ਇਹ ਗੱਲ ਯਾਦ ਰੱਖੀ ਪਿਆਰਿਆ ਇਹ ਜਿੰਨੀ ਕਿ ਸੋਜੀ ਹੁੰਦੀ ਹੈ ਉਹ ਪਿਆਰਾ ਆਪ ਸੋਜੀ ਬੰਨ੍ਹਦਾ ਹੈ ਕਿਸ ਤਰੀਕੇ ਨਾਲ ਬੰਨ੍ਹਦਾ ਹੈ ਕਿਸ ਰੂਪ ਵਿੱਚ ਆਉਂਦਾ ਹੈ ਇਹ ਉਹੀ ਜਾਣੇ ਕਦੀ ਉਹ ਰਕਸ਼ ਵਿੱਚ ਬੈਠਾ ਰਕਸ਼ ਰਾਹੀ ਬੰਨ੍ਹ ਦਿੰਦਾ ਹੈ ਕਦੀ ਚਲਦੀ ਹੋਈ ਹਵਾ ਵਿੱਚੋਂ ਆਪਣਾ ਗਿਆਨ ਬੰਨ੍ਹ ਦਿੰਦਾ ਹੈ ਕਦੀ ਉਹ ਕਿਸੇ ਰੂਪ ਵਿੱਚ ਆ ਕੇ ਕਦੀ ਕਿਸੇ ਰੂਪ ਵਿੱਚ ਆ ਕੇ ਤੇਰੇ ਸਾਹਮਣੇ ਤੈਨੂੰ ਸੋਜੀ ਬੰਨ੍ਹ ਰਿਹਾ ਹੁੰਦਾ ਹੈ ਉਹ ਸੋਜੀ ਦੀ ਕਦਰ ਕਰ ਉਸ ਵਰਤਾਰਾਂ ਦੀ ਕਦਰ ਕਰ ਉਹਨੂੰ ਚੰਗਾ ਲੱਗਦਾ ਜਦੋਂ ਕੋਈ ਚੰਗਾ ਲੱਗਦਾ ਹੈ ਉਹ ਆਪ ਬੁਝਾਏ ਆਪ ਸੋਜੀ ਦੇ ਦਿੰਦਾ ਸੱਚ ਨਾਮ ਸੋਈ ਜਾਣ ਪਾਏ ਜਿਹੜੇ ਉਹਨੂੰ ਪਾ ਜਾਂਦੇ ਨੇ ਜਿਨ੍ਹਾਂ ਦੇ ਲਈ ਉਹ ਵਰਤਦਾ ਜਿਨ੍ਹਾਂ ਤੇ ਕਿਰਪਾ ਕਰਦਾ ਉਹ ਫਿਰ ਚਾਕਰ ਬਣ ਜਾਂਦੇ ਨੇ ਉਹਨਾਂ ਨੂੰ ਸੱਚਾ ਨਾਮ ਪ੍ਰਾਪਤ ਹੁੰਦਾ ਹੈ ਉਹਨਾਂ ਦੀ ਜੀਵਨ ਦੀ ਦ੍ਰਿਸ਼ਟੀ ਬਦਲ ਜਾਂਦੀ ਹੈ ਸੋ ਸਮੰਦਰਸੀ ਤਤਕਾ ਬੇਤਾ ਸਾਰਿਆਂ ਨੂੰ ਇੱਕੋ ਜਿਹਾ ਦੇਖਦੇ ਨੇ ਉਹ ਜੱਜ ਨਹੀਂ ਕਰਦੇ ਉਹ ਪਰਖਦੇ ਨਹੀਂ ਉਹ ਗਣ ਨਹੀਂ ਦੇਖਦੇ ਜੇ ਉਹ ਗਣ ਸਮਝ ਆਵੇ ਤੇ ਤਰਸ ਕਰਦੇ ਨੇ ਸਮਝਾਉਂਦੇ ਨੇ ਬਦਲਣਾ ਚਾਹੁੰਦੇ ਨੇ ਆਨੰਦ ਬਲ ਤੋਰਨਾ ਚਾਹੁੰਦੇ ਨੇ ਸਮਦਰਸੀ ਨੇ ਸਾਰੇ ਮਾਲਕੋ ਜੀ ਨਜ਼ਰ ਦੇਖਦੇ ਤਤ ਕਾ ਮੇਤਾ ਉਹਨਾਂ ਨੂੰ ਤਤ ਸਮਝ ਆ ਜਾਂਦੀ ਅਸਲੀ ਤਤ ਨੂੰ ਪਹਿਚਾਨ ਲਿਆ ਉਹਨਾਂ ਨੇ ਜਾਣ ਲਿਆ ਨਾਨਕ ਸਗਲ ਸ੍ਰਿਸ਼ਟ ਕਾ ਜੀਤਾ ਇਹ ਨਾਨਕ ਜੀ ਉਹ ਸਗਲੀ ਸ੍ਰਿਸ਼ਟੀ ਨੂੰ ਸ੍ਰਿਸ਼ਟੀ ਵਿੱਚ ਵਰਤਦੇ ਰੱਬ ਦੇ ਨਿਜ਼ਮਾ ਨੂੰ ਉਹਦੇ ਵਰਤਾਰੇ ਨੂੰ ਉਹਦੇ ਚੋਜ ਨੂੰ ਉਹਦੀ ਬਖਸ਼ਿਸ਼ ਨੂੰ ਉਹਦੀ ਜੋਤ ਨੂੰ ਜਾਣ ਲੈਂਦੇ ਨੇ ਆਖਵਾਇਆ ਸਮਝਦੇ ਨੇ ਸਮਰਪਿਤ ਹੋ ਕੇ ਜਿਉਂਦੇ ਨੇ ਉਹਦੇ ਚਾਕਰ ਬਣ ਕੇ ਜਿਉਂਦੇ ਨੇ ਜੀ ਜੰਤਰ ਸਭ ਤਾਂ ਕੈ ਹੱਥ ਕਿਉਂਕਿ ਸਾਰੇ ਜੀਵ ਜੰਤ ਜੋ ਕੁਝ ਵੀ ਦਿਖਾਈ ਦੇ ਰਿਹਾ ਸਭ ਪ੍ਰਭੂ ਦੇ ਹੱਥ ਵਿੱਚ ਹੈ ਉਹਦੇ ਨਿਜ਼ਮ ਵਿੱਚ ਹੈ ਉਹਦੀ ਨਜ਼ਰ ਵਿੱਚ ਹੈ ਦੀਨ ਦਿਆਲ ਅਨਾਥ ਕరుణਾਤ ਉਹ ਦੀਨਾਂ ਤੇ ਨਿਮਾਣਿਆ ਤੇ ਦਇਆ ਕਰਨ ਵਾਲੇ ਨੇ ਜਿਨ੍ਹਾਂ ਦਾ ਕੋਈ ਵੀ ਨਹੀਂ ਉਹਦੇ ਮਾਲਕ ਬਣ ਜਾਂਦੇ ਜਦੋਂ ਕਿਸੇ ਦਾ ਮਨ ਚਿੰਤਾ ਦੁੱਖਾਂ ਵਿੱਚ ਟੁੱਟ ਜਾਂਦਾ ਹੈ ਟੀਰੀਆਂ ਟਾ ਲੈਂਦਾ ਸੁਬਾ ਮਾਰਦਾ ਤੇਰੇ ਰੱਬੇ ਬਰੜਦਾ ਹੈ ਇਹ ਮਨ ਬੜਾ ਕੱਚਾ ਹੈ ਇਹਦੇ ਲਈ ਬਰੜਦਾ ਤੇ ਫਿਰ ਹਿਲ ਜ ਜਾਂਦਾ ਹੈ ਤੋਂ ਫਿਰ ਬਚਾਉਂਦਾ ਹੈ ਜੇ ਸਰਾਖ ਹੈ ਤਿਸ ਕੋਈ ਨਾ ਮਾਰੇ ਜੀ ਨੂੰ ਰੱਖਿਆ ਕਰਦਾ ਜੀ ਦੀ ਜੀ ਨੂੰ ਬਚਾ ਲੈਂਦਾ ਫਿਰ ਉਹਨੂੰ ਕੋਈ ਨਹੀਂ ਮਾਰ ਸਕਦਾ ਕੋਨੂੰ ਕੋਈ ਦੁਖੀ ਨਹੀਂ ਕਰ ਸਕਦਾ ਕਿਉਂਕਿ ਉਹਨੂੰ ਹਰ ਤਰ੍ਹਾਂ ਦੇ ਹਾਲਾਤ ਵਿੱਚ ਸੁਖੀ ਹੋਣਾ ਆ ਗਿਆ ਸਮੂਹ ਜਿਸ ਮਨੋਂ ਵਿਸਾਰ ਹੈ ਰੱਬ ਦੇ ਨਿਜ਼ਮ ਅਨਸਾਰ ਜੀ ਦੀ ਸੁਰਤ ਮੈਲੀ ਜੀ ਦਾ ਸੁਭਾਅ ਮੈਲਾ ਜੀ ਦੀ ਸੋਚ ਮੈਲੀ ਉਹ ਇਸ ਗੁਣਾ ਵਾਲੇ ਪੱਖ ਤੋਂ ਚੰਗੇ ਵਰਤਾਰੇ ਤੋਂ ਮਰ ਜਾਂਦੇ ਨੇ ਰੱਬ ਨੂੰ ਵਿਸਾਰ ਦਿੰਦੇ ਨੇ ਉਹਨਾਂ ਤੇ ਤਰਸ ਕਰਨਾ ਚਾਹੀਦਾ ਹੈ ਨਫ਼ਰਤ ਨਹੀਂ ਕਰਨੀ ਉਹ ਤਾਂ ਤਰਸ ਦੇ ਪਾਤਰ ਹੁੰਦੇ ਨੇ ਉਸਨੂੰ ਰੱਬ ਦੇ ਨਿਜ਼ਮ ਦੀ ਮਾਰ ਪਈ ਹੁੰਦੀ ਹੈ ਉਹਨਾਂ ਤੇ ਉਲਝੇ ਨੇ ਉਹ ਗੁਆਚੇ ਹੋਏ ਨੇ ਉਹ ਤਾਂ ਗਵਾਚੇ ਹੋਏ ਨੇ ਉਹਨਾਂ ਦੇ ਵਰਤਾਰਾ 85 ਕੇ ਗਵਾਚਦੇ ਆ। ਉਹ ਤਾਂ ਭੁੱਲੇ ਹੋਏ ਨੇ, ਓਝੜ ਪਏ ਹੋਏ ਨੇ, ਉਹਨਾਂ ਦੀਆਂ ਗੱਲਾਂ ਨੂੰ ਯਾਦ ਕਰਕੇ ਉਹਨਾਂ ਦੇ ਵਰਤਾਰਾ ਨੂੰ ਯਾਦ ਕਰਕੇ ਅਸੀਂ ਓਝੜ ਪੰਨੇ ਆ। ਇਹ ਕਿਹੜੀ ਸਿਆਣਪ ਐ? ਅਸੀਂ ਤਾਂ ਹੋਰ ਮੰਜ਼ਲ ਦੇ ਸਰਾਹੀ ਆ। ਅਸੀਂ ਤਾਂ ਪਿਆਰੇ ਦੇ ਪ੍ਰੇਮ ਰਸ ਦੇ ਪਾਂਦੀ ਹਾਂ। ਅਸੀਂ ਤੇ ਪਿਆਰੇ ਦੀ ਗਲਬਕੜੀ ਦੇ ਯਾਰੇ ਦੇ ਚਰਨ ਕਮਲਾਂ ਦੀ ਮੋਜ ਦੇ ਰਸ ਦੇ ਆਸ਼ਿਕ ਹਾਂ ਉਹ ਆਸ਼ਿਕ ਜੀ ਨੂੰ ਕਿਹ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਬਿਸਰਿਆ ਜਨ ਨਾਮ ਸੇ ਪਹੇ ਪਾਰthੀਏ ਜਿਹੜੇ ਬਿਸਰ ਬਿਸਾਰ ਲਿਆ ਜਿਨਾਂ ਨੇ ਰੱਬ ਨੂੰ ਉਹ ਤੇ ਅੰਦਰ ਮਰੇ ਹੋਏ ਨੇ ਸੋ ਮੂਆ ਜਸਮਨੋਂ ਬਿਸਾਰਾ ਐ ਸੇ ਤਾਜਾਬਰ ਕਹਾਂ ਕੋ ਜਾਏ ਜੋ ਖੇਲ ਐ ਸਭ ਵਾਹਿਗੁਰੂ ਜੀ ਦਾ ਉਹਨੂੰ ਛੱਡ ਕੇ ਅਸੀਂ ਕਿਤੇ ਕਿੱਥੇ ਜਾ ਸਕਦੇ ਆ ਸਭ ਸਿਰੇ ਇੱਕ ਨਰੰਜਨ ਰਾਏ ਉਮਾਇਆ ਤੇ ਰਹਤਵਾਹ ਗੁਰਜੀ ਨਿਰੰਜਨ ਰਾਏ ਪਾਤਸ਼ਾਹਾਂ ਦੇ ਪਾਤਸ਼ਾਹ ਨੇ ਸਾਰਿਆਂ ਦੇ ਸਿਰ ਤੇ ਉਹਦਾ ਹੱਥ ਹੈ ਭਾਵ ਸਾਰੇ ਉਹਦੇ ਨਿਜ਼ਮ ਵਿੱਚ ਚੱਲ ਰਹੇ ਨੇ ਜੀ ਕੀ ਜੋਗਤ ਜਾ ਕੇ ਸਭ ਹੱਥ ਅਜੀਬੰਦੀ ਜੋਗਤ ਉਹਦੇ ਹੱਥ ਵਿੱਚ ਹੈ ਹੁਣ ਉੱਪਰ ਯਾਦ ਰੱਖਿਓ ਉੱਪਰ ਪੰਕਤੀ ਆਈ ਸੀ ਜਹ ਪਸਰੈ ਸੰਤ ਪ੍ਰਤਾਪ ਜਹ ਪਸਰੈ ਪਸਾਰ ਸੰਤ ਪ੍ਰਤਾਪ ਉੱਪਰ ਪਹਿਲੀ ਪੰਕਤੀ ਦਰਸ਼ਨ ਕਰੋ ਜਿਨ੍ਹਾਂ ਤੇ ਗੁਰੂ ਦੇ ਉਪਦੇਸ਼ਾਂ ਦਾ ਗੁਰਬਾਣੀ ਸਭ ਤੋਂ ਕਮਾਲ ਦੀ ਉੱਤਮ ਕਾਉਂਸਲਿੰਗ ਹੈ ਗੁਰਬਾਣੀ ਦੀਆਂ ਵਿਚਾਰਾਂ ਸੁਭਾਅ ਜੀਵਨ ਬਦਲ ਕੇ ਰੱਖ ਦਿੰਦੀਆਂ ਨੇ ਗੁਰਬਾਣੀ ਦੀਆਂ ਵਿਚਾਰਾਂ ਘਰ ਦਾ ਮਾਹੌਲ ਤੇ ਬੱਚਿਆਂ ਦੀ ਦਿਸ਼ਾ ਬਦਲ ਕੇ ਰੱਖ ਦਿੰਦੀਆਂ ਨੇ ਤੇ ਗੁਰਬਾਣੀ ਦਾ ਪਸਾਰਾ ਗੁਰੂ ਦੀਆਂ ਵਿਚਾਰਾਂ ਦਾ ਜਦੋਂ ਪਸਾਰਾ ਪ੍ਰਤਾਪ ਵਰਤਦਾ ਨਾ ਤੇਰੇ ਜੀਵਨ ਬਦਲਦਾ ਏ ਇਹ ਜੀਵਨ ਦੀ ਜੁਗਤ ਉਸ ਵਾਹਿਗੁਰੂ ਜੀ ਦੇ ਹੱਥ ਵਿੱਚ ਐ ਅੰਤਰ ਬਾਹਰ ਜਾਨੋ ਸਾਥ ਆਪਣੇ ਅੰਦਰ ਤੇ ਬਾਹਰ ਹਰ ਵੇਲੇ ਉਹਨੂੰ ਅੰਗ ਸੰਗ ਸਮਝੋ ਪਹਿਚਾਣੋ ਮਹਿਸੂਸ ਕਰੋ ਮਹਿਸੂਸ ਤੇ ਕਰ ਪਿਆਰਾ ਤਾਂ ਹਰ ਵੇਲੇ ਤੇਰੇ ਅੱਖਾਂ ਦੇ ਸਾਹਮਣੇ ਐ ਅੱਖਾਂ ਖੋਲ੍ਹੇ ਤੇ ਦਿਖਾਈ ਦਿੰਦਾ ਏ ਅੱਖਾਂ ਬੰਦ ਕਰੇ ਤੇ ਅੰਦਰ ਹੀ ਆਨੰਦ ਪਰ ਜਾਂਦਾ ਏ ਪਿਆਰਾ ਤਾ ਹਰ ਵੇਲੇ ਤੈਨੂੰ ਗਲ ਬਕੜੀ ਪਾਈ ਬੈਠਾ ਏ ਉਹ ਤੇ ਹਰ ਵੇਲੇ ਚਰਨ ਕਮਲਾਂ ਦੀ ਮੌਜ ਬੰਡ ਰਿਹਾ ਏ ਉਹ ਤੇ ਅੰਤਰ ਬਾਹਰਾਂ ਦੇ ਸੰਗ ਹੈ ਗੁਣ નિਧਾਨ ਬਿਆੰਤ ਅਪਾਰ ਉਹ ਗੁਣਾ ਦਾ ਖਜ਼ਾਨਾ ਬਣ ਕੇ ਹਰ ਥਾਂ ਤੇ ਤੈਨੂੰ ਹਰ ਇੱਕ ਵਿੱਚੋਂ ਗੁਣਾ ਦੀ ਚਲਕ ਦਿਖਾਉਂਦਾ ਬਿਆੰਤ ਹੈ ਗੁਣ ਦੇਖਣੇ ਸ਼ੁਰੂ ਕਰ ਸਾਂਝ ਕਰੀ ਜਾ ਗੁਨਾਹ ਕੇਰੀ ਛੋੜ ਅਬ ਗਣ ਚੱਲੀ ਏ ਜ਼ਿੰਦਗੀ ਜਿਉਣੀ ਸਿੱਖ ਨਾਨਕ ਦਾਸ ਸਦਾ ਬਲਿਹਾਰ ਇਹ ਨਾਨਕ ਜੀ ਜਿਹੜੇ ਉਹਦੇ ਚੱਕਰ ਹੁੰਦੇ ਨੇ ਨਾ ਉਹਦੇ ਤੋਂ ਕੁਰਬਾਨ ਜਾਂਦੇ ਨੇ ਆਪਾਂ ਸਮਰਪਿਤ ਕਰਦੇ ਨੇ ਉਹਨਾਂ ਦੇ ਅੰਦਰ ਡੈਡੀਕੇਸ਼ਨ ਹੁੰਦੀ ਹੈ ਫੁਲੀ ਡੈਡੀਕੇਟਿਡ ਹੁੰਦੇ ਨੇ ਉਹ ਦੁੱਖਾਂ ਸੁੱਖਾਂ ਦੇ ਵਿੱਚ ਉਹਦੀ ਸਬਰ ਸੰਤੋਖ ਵਿੱਚ ਆਪਾਂ ਵਾਰਦੇ ਆ ਬਿਨਾਂ ਕਿਸੇ ਲੋਭ ਲਾਲਚ ਤੋਂ ਦੂਸਰਿਆਂ ਲਈ ਜਿਉਣਾ ਸਿੱਖਦੇ ਨੇ ਉਹ ਬਲਿਹਾਰ ਜਾਂਦੇ ਨੇ ਆਪਣੇ ਪਿਆਰੇ ਤੋਂ ਇਸ ਲਈ ਪਿਆਰੇ ਦੇ ਪ੍ਰੇਮ ਰਸ ਵਿੱਚ ਭਰੇ ਹੁੰਦੇ ਨੇ ਉਹ ਦੇ ਆਨੰਦ ਰਸ ਵਿੱਚ ਭਰੇ ਹੁੰਦੇ ਨੇ ਉਸ ਪ੍ਰੇਮ ਰਸ ਨੂੰ ਆਨੰਦ ਰਸ ਨੂੰ ਮੰਨਦੇ ਨੇ ਵੰਡਦੇ ਨੇ ਆਗਮ ਵਾਲਾ ਕੋਈ ਵਿਰਲਾ ਹੈ ਜਿਹੜਾ ਪ੍ਰਾਪਤ ਕਰਦਾ ਹੈ ਪੂਰਨ ਪੂਰ ਰਹੇ ਦਿਆਲ ਉਹ ਦਿਆਲੂ ਪ੍ਰਭੂ ਜੀ ਹਰ ਥਾਂ ਤੇ ਪਰਿਪੂਰਨ ਬਸੇ ਹੋਏ ਨੇ ਸੱਚਾ ਗਿਆਨ ਬਣ ਕੇ ਗੁਣ ਬਣ ਕੇ ਨਿਜ਼ਮ ਬਣ ਕੇ ਬਖਸ਼ਿਸ਼ਾਂ ਬਣ ਕੇ ਆਖੋ ਵਾਹਿਗੁਰੂ ਸਭ ਉਪਰ ਹੋਵਤ ਕਿਰਪਾਲ ਉਹ ਤਾਂ ਸਾਰਿਆਂ ਨੂੰ ਪੂਰੀ ਕਿਰਪਾ ਕਰਦੇ ਨੇ ਉਹਦੀ ਕਿਰਪਾ ਦੇ ਪਾਤਰ ਵਿਰਲੇ ਨੇ ਆਪਣੇ ਕਰਤਵ ਜਾਨਾ ਹੈ ਆਪ ਉਹਦੇ ਕੌਤਕ ਕਮਾਲ ਹੈ ਕਮਾਲ ਤੋਂ ਵੀ ਪਰੇ ਹੈ ਕਰਮਾਤ ਹੈ ਕਰਮਾਤ ਤੋਂ ਵੀ ਪਰੇ ਹੈ ਉਹ ਆਪ ਹੀ ਜਾਣਦੇ ਨੇ ਅੰਤਰਜਾਮੀ ਰਹੇ ਹੋਵੇ ਆਪ ਉਹ ਸਾਡੇ ਦਿਲਾਂ ਦੀਆਂ ਜਾਨਨਹਾਰ ਨੇ ਵਿਆਪਦੇ ਨੇ ਬਰਉੜਦੇ ਨੇ ਕੌਤਕ ਕਰਦੇ ਨੇ ਮਾਨਟੇਰੀਆਂ ਤਾਂ ਆ ਜਾਂਦਾ ਹੈ ਉਹ ਗਿਲਵਕੜੀ ਵਿੱਚ ਲੈਣ ਆ ਜਾਂਦੇ ਨੇ ਜਦੋਂ ਮਨ ਅੰਦਰੋਂ ਟੁੱਟ ਜਾਂਦਾ ਹੈ ਹਾਰ ਜਾਂਦਾ ਹੈ ਥੱਕ ਜਾਂਦਾ ਹੈ ਤੋਂ ਪ੍ਰੇਮ ਦਾ ਰਸ ਵੰਡਣ ਆ ਜਾਂਦੇ ਨੇ ਪ੍ਰਤਪਾਲਾ ਜੀ ਅਨੁਭਵ ਭਾਂਤ ਤੋਂ ਆਪਣੇ ਪਿਆਰਿਆਂ ਦੀ ਪ੍ਰਤਪਾਲਨਾ ਕਰਦੇ ਨੇ ਜੀਵਾਂ ਦੀ ਪ੍ਰਤਪਾਲਨਾ ਕਰਦੇ ਨੇ ਅਣਗਿਣਤ ਕਿਸਮ ਦੇ ਤਰੀਕੇ ਨੇ ਉਹਦੇ ਬਹੁਤ ਬਹੁਤਾਂ ਜੋ ਜੋ ਰਚਿਓ ਉਸ ਤੇ ਸਹਿ ਇਤਿਆਤ ਜੋ ਵੀ ਉਹਦੀ ਰਚਨਾ ਹੈ ਹਰ ਇੱਕ ਦੀਆਂ ਉਮੀਦਾਂ ਉਹਦੀ ਕੁਦਰਤ ਤੋਂ ਉਹਦੇ ਨਿਜ਼ਮ ਤੋਂ ਉਹਦੇ ਤੋਂ ਨੇ ਹਰ ਉਹਦੇ ਬਲ ਧਿਆਨ ਰੱਖਦੇ ਨੇ ਜਿਸ ਭਾਵ ਹੈ ਤਿਸ ਲਈ ਮਿਲਾਈ ਪਰ ਜਿਹੜੇ ਉਹਨੂੰ ਪਾ ਜਾਂਦੇ ਨੇ ਜਿਹੜੇ ਚੰਗੇ ਲੱਗਦੇ ਨੇ ਉਹਨਾਂ ਨੂੰ ਮਿਲਾਬ ਕਰ ਦਿੰਦੇ ਨੇ ਉਹਨਾਂ ਤੇ ਕਿਰਪਾ ਕਰ ਦਿੰਦੇ ਨੇ ਭਗਤ ਕਰਾਂ ਹਰ ਕੇ ਗੁਣ ਗਾਏ ਉਹਦੀ ਭਗਤੀ ਕਰ ਦਿੰਦੇ ਨੇ ਜਿਹੜੇ ਵਾਗਰੇ ਜੀ ਨੂੰ ਪਾ ਜਾਂਦੇ ਨੇ ਨਾ ਇਹਨਾਂ ਨੂੰ ਪ੍ਰਭੂ ਆਪ ਮਿਲਾ ਦਿੰਦੇ ਨੇ ਭਗਤੀ ਕਰਦੇ ਨੇ ਚਾਰ ਗੁਣ ਭੱਬੇ ਵਿੱਚੋਂ ਦੋ ਪਾਉ ਤੇ ਪਾਉ ਪ੍ਰੇਮ ਤੇ ਪੈ ਗੱਗੇ ਵਿੱਚੋਂ ਗੁਣ ਤੱਤੇ ਚੋਂ ਤੇਰਾ ਸ਼ੁਕਰਾਨਾ ਇਸ ਵਿੱਚ ਜਿਉਂਦੇ ਨੇ ਉਹਨਾਂ ਦਾ ਜੀਵਨ ਭਗਤੀ ਬਣ ਜਾਂਦਾ ਹੈ ਹਰੀ ਦੇ ਗੁਣਾਂ ਨੂੰ ਗਾਉਂਦੇ ਨੇ ਗੁਰਮਤ ਅਨਸਾਰ ਹਰੀ ਦੇ ਗੁਣਾਂ ਨੂੰ ਗਾਉਣਾ ਗੁਣਾਂ ਨੂੰ ਜ਼ਿੰਦਗੀ 'ਚ ਪ੍ਰੈਕਟੀਕਲ ਵਰਤਣਾ ਦੂਸਰਿਆਂ ਦੀ ਵਰਤਨਾ ਪਰਉਪਕਾਰ ਕਰਨਾ ਕੌਣ ਕਰਦੇ ਨੇ ਜਿਹੜੇ ਉਹਨਾਂ ਪਾ ਜਾਂਦੇ ਨੇ प्यारिया उठ जाग तेरे अंदर जज्बे पैदा ਹੁੰਦੇ ਨੇ ਕਾਮ ਦੇ ਲਈ ਸੇਵਾ ਕਰਨ ਲਈ ਆਪਾ ਵਾਰ ਦੇ ਉਠ ਜਾਗ ੁਰਨੇ ਫੁਰਦੇ ਨੇ ਫਿਰ ਚੰਜਟਾਂ ਚ ਉਲਝ ਜਾਂਦੇ ਜज्बे ਜਾਗਦੇ ਨੇ ਫਿਰ ਚਿੰਤਾਵਾਂ ਵਿੱਚ ਉਲਝ ਜਾਂਦੇ ਛੋਟੀ ਸੋਚ ਛੱਡ ਦੇ ਵੱਡੀ ਸੋਚ ਦਾ ਪੰਦੀ ਬਣ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨ ਕਰਦੇ ਨੇ ਜਿਨ੍ਹਾਂ ਦੇ ਮਨ ਅੰਦਰ ਪੂਰਨ ਵਿਸ਼ਵਾਸ ਹੈ ਮੈਂ ਗੁਰੂ ਦਾ ਚਾਕਰ ਹਾਂ ਗੁਰੂ ਲਈ ਆਪਾ ਵਾਰਨ ਮੇਰੇ ਚਾਰ ਸਪੇਰੇ ਚਿੰਤਾ ਦੁੱਖਾਂ ਦੇ ਕਾਰਨਾਂ ਬਾਰੇ ਗੁਰੂ ਸਾਹਿਬ ਆਪੇ ਜਾਣਨ ਦੁੱਖ ਆਉਂਦੇ ਨੇ ਉਹਨੂੰ ਦਾਤ ਸਮਝਦੇ ਨੇ ਸੁਖ ਆਉਂਦੇ ਨੇ ਸ਼ੁਕਰਾਨਾ ਕਰਦੇ ਨੇ ਕੋਈ ਸਹਿਯੋਗ ਦਿੰਦਾ ਹੈ ਉਹ ਕਹਿੰਦੇ ਨੇ ਰੱਬ ਦੇ ਵਿੱਚ ਬੋੜਦਾ ਹੈ ਕੋਈ ਵਿਰੋਧ ਕਰਦਾ ਹੈ ਤੇ ਕਹਿੰਦੇ ਨੇ ਰੱਬ ਦੇ ਵਿੱਚ ਬੈਠ ਕੇ ਮੇਰੀ ਪ੍ਰੀਖਿਆ ਲੈ ਰਿਹਾ ਹੈ ਵਾਹਿਗੁਰੂ ਜੀ ਦੇ ਕੁੱਤਕਾਰ ਨੂੰ ਸਮਝਦੇ ਨੇ ਉਹਨਾਂ ਦੇ ਅੰਦਰ ਵਿਸ਼ਵਾਸ ਲਬਲ ਭਰਿਆ ਹੁੰਦਾ ਹੈ ਕਰਨਹਾਰ ਨਾਨਕ ਇੱਕ ਜਾਣਿਆ ਉਹਨਾਂ ਨੇ ਹੇ ਨਾਨਕ ਜੀ ਉਹ ਇੱਕੋ ਇੱਕ ਕਰਤਾ ਪੁਰਖ ਵਾਇਗਰੀ ਜੀ ਨੂੰ ਜਾਣਿਆ ਤੋਂ ਪਾਪ ਸਾਂਝ ਪਾ ਲਈ ਹਰ ਵੇਲੇ ਉਹਦੇ ਪਿਆਰ ਵਿੱਚ ਭਿੱਜੇ ਰਹਿੰਦੇ ਨੇ ਜਨ ਲਾਗਾ ਹਰ ਇੱਕ ਹੈ ਨਾਏ ਜਿਹੜੇ ਚਾਕਰ ਹੁੰਦੇ ਨੇ ਨਾ ਉਹ ਵਾਇਗਰੀ ਜੀ ਦੇ ਨਾਮ ਦੇ ਨਾਲ ਜੁੜੇ ਹੁੰਦੇ ਨੇ ਉਹਦੇ ਨਿਜ਼ਮਾ ਨੂੰ ਫੋਲੋ ਕਰਦੇ ਨੇ ਉਹਦੇ ਗਿਆਨ ਰੂਪੀ ਨਾਮ ਰੱਬੀ ਉਪਦੇਸ਼ 'ਤੇ ਜੀਵਨ ਜਿਉਂਦੇ ਨੇ ਉਦੀ ਮਿੱਟੀ ਮਿੱਟੀ ਯਾਦ ਦੇ ਸਿਮਰਨ ਦਾਸ ਵਿੱਚ ਪੈ ਪਾਵਨੀ ਵਿਜੇ ਹੁੰਦੇ ਨੇ ਜਿਸ ਕੀ ਆਸ ਨੰਬਰਤੀ ਜਾਏ ਉਹਨਾਂ ਦੀਆਂ ਫਿਰ ਉਮੀਦਾਂ ਉਹਨਾਂ ਦੇ ਸੁਪਨੇ ਉਹਨਾਂ ਦੀਆਂ ਇਛਾਵਾਂ ਰੱਬੀ ਮਿਸ਼ਨ ਤੇ ਹੁੰਦੀਆਂ ਨੇ ਉਹਨਾਂ ਦੀਆਂ ਇਛਾਵਾਂ ਵਿੱਚੋਂ ਜਿਹੜੇ ਕਾਰਜ ਨਿਕਲਦੇ ਨੇ ਉਹ ਗੁਰੂ ਦੇ ਕਾਰਜ ਹੁੰਦੇ ਨੇ ਰੱਬ ਦੇ ਕਾਰਜ ਹੁੰਦੇ ਨੇ ਉਹਨਾਂ ਦੀ ਆਸ ਵਰਤੀ ਨਹੀਂ ਜਾਂਦੀ ਗੁਰੂ ਕੌਤਕ ਵਰਤਉਂਦੇ ਨੇ ਕਿਉਂ ਕਿ ਸੇਵਕ ਕੋ ਸੇਵਾ ਬਣਾਈ ਚੱਕਰ ਬੰਦੇ ਨੇ ਉਹਨਾਂ ਦੇ ਹਿੱਸੇ ਸੇਵਾ ਮਿਲ ਜਾਂਦੀ ਹੈ ਉਹ ਸੇਵਕ ਬਣਦੇ ਨੇ ਆਪਾ ਬਾਰਦੇ ਨੇ ਹੁਕਮ ਬੂਝ ਪਰਮ ਪਦ ਪਾਈ ਰੱਬ ਦੇ ਨਿਜ਼ਮ ਨੂੰ ਸਮਝਦੇ ਨੇ ਬੁੱਝਦੇ ਨੇ ਇੱਕ ਉਸ ਅਵਸਥਾ ਵਿੱਚ ਰਹਿੰਦੇ ਨੇ ਜਿਹੜੀ ਰਜੋ ਤਮਸ ਤੋਂ ਉੱਪਰ ਹੈ ਪਰਮ ਪਦ ਉਹ ਸਹਜ ਵਿੱਚ ਜਿਉਂਦੇ ਨੇ ਕ੍ਰੇਮ ਰਸ ਵਿੱਚ ਜਿਉਂਦੇ ਨੇ ਆਨੰਦ ਵਿੱਚ ਜਿਉਂਦੇ ਨੇ ਕੋਲ ਜਨ ਤਾਣੀਆਂ ਵਿੱਚ ਨਹੀਂ ਫਸਦੇ ਇਸ ਤੇ ਉੱਪਰ ਨਹੀਂ ਵਿਚਾਰ ਗੁਰਾਂ ਦੇ ਫਤਸ਼ਾਹੀ ਕਹਿੰਦੇ ਹੁਣ ਇਸ ਤੋਂ ਉੱਪਰ ਮੈਂ ਕੀ ਕਹਾ। ਇਹ ਹੋਰ ਵਿਚਾਰ ਕਹੀ ਨਹੀਂ ਜਾ ਸਕਦੀ। ਜਾ ਕੈ ਮਨ ਵਸਿਆ ਅਨਰੰਕਾਰ ਜਿਨ੍ਹਾਂ ਦੇ ਅੰਦਰ ਨਿਰੰਕਾਰ ਪ੍ਰਭੂ ਜੀ বাস ਗਏ। ਜਿਨ੍ਹਾਂ ਦੇ ਅੰਦਰ ਉਹਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਹੈ। ਉਹਦੀ ਪੈਪਾਵਨੀ ਹੈ। ਜਿਹੜੇ ਉਹਨੂੰ ਸਮਰਪਿਤ ਹੁੰਦੇ ਨੇ ਅੰਗ ਸੰਗ ਹਾਜ਼ਰ ਨਾ ਸਮਝਦੇ ਨੇ ਬੰਧਨ ਤੋਰ ਪਹਿ ਨਿਰਵੈਰ ਉਹਨਾਂ ਦੀਆਂ ਆਤਾਂ ਦੇ ਬੰਧਨ ਟੁੱਟ ਜਾਂਦੇ ਨੇ ਉਹ ਨਿਰਵੈਰ ਹੋ ਕੇ ਜਿਉਂਦੇ ਨੇ। ਜੇ ਕੋਈ ਉਹਨਾਂ ਦਾ ਵਿਰੋਧ ਕਰਦਾ ਹੈ ਜੇ ਕੋਈ ਉਹਨਾਂ ਦੇ ਰੱਬ ਚ ਰਕਾਵਟਾਂ ਖੜੀਆਂ ਕਰਦਾ ਹੈ ਜੇ ਕੋਈ ਉਹਨਾਂ ਨੂੰ ਬੁੱਧੂ ਜਾਂ ਸਮਝਦਾ ਹੈ ਜੇ ਕੋਈ ਉਹਨਾਂ ਨੂੰ ਧੁਖਾ ਦਿੰਦਾ ਹੈ ਉਹ ਬਦਲਾ ਲੂ ਭਾਵਨਾ ਨਹੀਂ ਰੱਖਦੇ ਉਹਨਾਂ ਨੂੰ ਪਤਾ ਹੈ ਜੇ ਕੋਈ ਮੇਰੀ ਨਿੰਦਾ ਕਰਦਾ ਮੈਂ ਵੀ ਨਿੰਦਾ ਕਰਾਂਗਾ ਤੇ ਫਿਰ ਉਹਦੇ ਤੇ ਮੇਰੇ 'ਚ ਫਰਕ ਕੀ ਹੋਇਆ ਜੇ ਕੋਈ ਮੇਰਾ ਵਿਰੋਧ ਕਰਦਾ ਮੈਂ ਉਹਦਾ ਵਿਰੋਧ ਕਰਾਂ ਫਿਰ ਉਹਦੇ ਮੇਰੇ 'ਚ ਫਰਕ ਕੀ ਹੋਇਆ ਉਹਨਾਂ ਨੂੰ ਨਿਆਰਾ ਜੀਵਨ ਜਿਉਣਾ ਆ ਗਿਆ ਜਦੋਂ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਨਿਰਵੈਰ ਬਣ ਜਾਂਦੇ ਅੰਦਰ ਪੂਜਾ ਹੈ ਕਰਕੇ ਪੈਰ ਗੁਰਬਾਣੀ ਦੇ ਅੰਦਰ ਗੁਰ ਸਰੂਪ ਗੁਰੂ ਸਾਹਿਬ ਦੇ ਉਪਦੇਸ਼ ਨੇ ਜੋ ਸਿੱਖਿਆ ਮੈਂ ਗੁਰੂ ਦੇ ਚਰਨ ਨੇ ਉਹਨੂੰ ਪੂਜਣਾ ਮੰਨਣਾ ਹੈ ਮੰਨਣਾ ਹੀ ਪੂਜਣਾ ਹੈ ਉਹ ਦਿਨ ਹਰ ਵੇਲੇ ਹਰ ਪਲ ਗੁਰੂ ਦੀਆਂ ਸਿੱਖਿਆਵਾਂ ਨੂੰ ਮੰਨਦੇ ਨੇ ਇਹ ਲੋਕ ਸੁਖੀਏ ਪਰ ਲੋਕ ਸੋਹੇਲੇ ਉਹ ਬਾਹਰੋਂ ਸੁਖੀ ਹੁੰਦੇ ਨੇ ਅੰਦਰ ਉਹਨਾਂ ਨੂੰ ਇਸ ਪਾਸੇ ਤੋਂ ਨਾ ਬਹੁਤ ਸੌਖਾ ਲੱਗਦਾ ਹੈ ਉਹ ਅੰਦਰ ਵੀ ਆਨੰਦ ਵਿੱਚ ਬਾਹਰ ਵੀ ਆਨੰਦ ਵਿੱਚ ਉਹਨਾਂ ਦਾ ਆਨੰਦ ਕੰਡੀਸ਼ਨ ਵੇਸਟ ਨਹੀਂ ਹੁੰਦਾ ਸਿਚੁਏਸ਼ਨ ਤੇ ਨਿਰਪਰਣੀ ਕਰਦਾ ਸਿਚੁਏਸ਼ਨ ਜੋ ਮਰਜ਼ੀ ਹੋਵੇ ਉਹ ਪਿਆਰੇ ਦੀ ਗੱਲ ਬਕੜੀ ਵੇਜਣਾ ਸਿੱਖ ਜਾਂਦੇ ਨੇ ਨਾਨਕ ਹਰ ਪ੍ਰਭ ਆਪਹਿ ਮੇਲੇ ਗੁਰਾਂ ਦੇ ਪਾਤਸ਼ਾਹ ਜੀ ਇਸ ਚੌਥੇ ਪਦੇ ਵਿੱਚ ਨਾਨਕ ਸ਼ਬਦ ਵਰਤ ਕੇ ਕਹਿੰਦੇ ਨੇ ਵਾਹਿਗੁਰੂ ਜੀ ਆਪ ਮੇਲਾਪ ਕਰਾਉਂਦੇ ਨੇ ਬਾਰਡ ਦੇ ਨੇ ਕਿਰਪਾ ਕਰਦੇ ਨੇ ਜਦੋਂ ਤੁਹਾਡੇ ਅੰਦਰ ਕੌਮ ਦੀ ਸੇਵਾ ਕਰਨ ਦਾ ਜਜ਼ਬਾ ਜਾਗਦਾ ਨਾ। ਸੁੱਲ ਜਨਤਾਣੀ ਤੋਂ ਬਚੋਲ ਜਨਤਾਣੀ ਨੂੰ ਸਮੇਟੋ ਉੱਪਰ ਉਠੋ। ਇਹਨਾਂ ਜਜ਼ਬਿਆਂ ਨੂੰ ਪ੍ਰੈਕਟੀਕਲ ਰੂਪ ਦਿਓ। ਆਪਣੇ ਆਪ ਨਾਲ ਸਮਝੌਤਾ ਕਰੋ ਹੁਣ ਤੁਰਨਾ ਹੈ, ਕਰਨਾ ਹੈ ਕੁਝ। ਚੁੱਕੋ ਜ਼ਿੰਮੇਵਾਰੀਆਂ ਉਹਦੇ ਲਈ ਮੋਢਿਆਂ ਤੇ ਜ਼ਿੰਮੇਵਾਰੀਆਂ ਚੁੱਕ ਲਓ। ਇਹ ਨਾ ਸੋਚੋ ਮੈਂ ਤੋਂ ਨਿਭਣੀਆਂ ਨਹੀਂ। ਜ਼ਿੰਮੇਵਾਰੀਆਂ ਚੁੱਕ ਕੇ ਇਹ ਸੋਚੋ ਜਿੱਥੇ ਚਾਰ ਕੰਮ ਕਰਦੇ ਆਂ ਪੰਜਵਾਂ ਵੀ ਕਰਨਾ ਹੈ ਗੁਰੂ ਦੀ ਕੌਮ ਦਾ। ਫਿਰ ਜ਼ਿੰਮੇਵਾਰੀਆਂ ਤੁਹਾਨੂੰ ਆਪਣੇ ਆਪ ਆਨੰਦ ਵੀ ਦੇਣਗੀਆਂ ਪ੍ਰੀਖਿਆ ਵੀ ਲੈਣਗੀਆਂ ਜਜ਼ਬਾ ਵੀ ਦੇਣਗੀਆਂ ਫਿਰ ਤੁਰਦੇ ਆਂ ਤੁਰਦੇ ਆਂ ਤੁਰਦੇ ਆਂ ਤੁਰਦੇ ਆਂ ਮੰਜ਼ਲ ਆਉਂਦੀ ਜੇ ਆਖੋ ਆਈ ਸਾਡਾ ਸਾਰਿਆਂ ਦਾ ਧੰਨਵਾਦ ਕੱਲ ਨੂੰ ਫਿਰ ਗੁਰੂ ਕੀ ਵਿਚਾਰ ਲੈ ਕੇ ਤੁਹਾਡੇ ਘਰ ਤੁਹਾਡੇ ਸਨ ਮੁਖਾਜ਼ਰ ਹੋਵਾਂਗਾ ਤਦ ਤੱਕ ਲਈ ਉਲੰਚਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ